ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹੈ ਜੀ। ਫਿਰ ਪ੍ਰੋਗਰਾਮ ਲੈ ਕੇ ਜਿਹਦੇ ਵਿੱਚ ਹਰ ਰੋਜ਼ ਹਾਜ਼ਰ ਹੋਈਦਾ ਇੱਕ ਐਕਸਪਰਟ ਦੇ ਨਾਲ, ਤਾਂ ਕਿ ਜਿਹੜੇ ਦੇਸ਼ ਤੋਂ ਪ੍ਰਦੇਸ਼ ਬੱਚੇ ਪੜ੍ਹਨ ਜਾਣਾ ਚਾਹੁੰਦੇ ਨੇ, ਉਹਨਾਂ ਲਈ ਕੁਐਰੀਜ਼ ਜਿਹੜੀਆਂ ਰਹਿੰਦੀਆਂ ਨੇ ਉਹਦੇ ਸਵਾਲ ਦੇ ਜਵਾਬ ਲੈ ਕੇ ਹਾਜ਼ਰ ਹੋ ਸਕੀ। ਅੱਜ ਵੀ ਇਸੇ ਕੋਸ਼ਿਸ਼ ਦੇ ਤਹਿਤ ਸੱਦਾ ਦਿੱਤਾ ਗਿਆ ਜੀ ਐਕੂਰੇਟ ਕੰਸਲਟੈਂਟਸ ਤੋਂ B.S.Nandha ਜੀ ਨੂੰ, ਜਿਹੜੇ ਸਾਰੀ ਡਿਸਕਸ਼ਨ ਦੇ ਵਿੱਚ ਅੱਜ ਹਾਜ਼ਰ ਰਹਿਣਗੇ। ਪਹਿਲੇ ਸਵਾਗਤ ਕਰ ਦਈਏ ਉਹਨਾਂ ਦਾ, ਉਹਨਾਂ ਦਾ ਸਭ ਬਹੁਤ ਬਹੁਤ ਸਵਾਗਤ। ਥੈਂਕ ਯੂ ਅਮਨ ਜੀ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ। ਜਿਵੇਂ ਤੁਸੀਂ ਜਾਣਦੇ ਹੋ, ਪਿਛਲੇ ਵਾਰ ਵੀ ਨੰਦਾ ਸਾਹਿਬ ਸਾਡੇ ਨਾਲ ਜੁੜੇ ਸੀਗੇ, ਜੋ ਸ਼੍ਰੀ ਗੰਗਾਨਗਰ ਤੋਂ ਨੇ, ਜੋ ਰਾਜਸਥਾਨ 'ਚ ਏਰੀਆ ਪੈਂਦਾ, ਬਟ ਪੰਜਾਬੀ ਬੈਲਟ ਵੀ ਕਾਫੀ ਨੇੜੇ ਲੱਗਦੀ ਹੈ ਉਹਨਾਂ ਦੇ। ਉਹਨਾਂ ਵੱਲੋਂ ਕਾਫੀ ਐਸੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ, ਸਟੂਡੈਂਟਸ ਨੇ ਕਾਫੀ ਲਾਈਕ ਕੀਤੀਆਂ, ਕਿਉਂਕਿ ਟ੍ਰਾਂਸਪੇਰੈਂਸੀ ਨਾਲ ਗੱਲਾਂ ਹੋਈਆਂ ਸੀ। ਕੋਈ ਵੀ ਉਹ ਓਹਲੇ ਵਾਲੀ ਗੱਲ ਨਹੀਂ ਸੀ ਵੀ ਐਡਵਰਟਾਈਜ਼ਮੈਂਟ ਦੇ ਵਿੱਚ ਜਿਵੇਂ ਇੱਕ ਗੱਲ ਦੱਸੀ ਜਾਂਦੀ ਹੈ, ਚਾਰ ਹੇਡਨ ਰੱਖੀਆਂ ਜਾਂਦੀਆਂ, ਹਰ ਚੀਜ਼ ਜੋ ਸਟੂਡੈਂਟ ਲਈ ਜ਼ਰੂਰੀ ਹੈ ਉਹਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਉਸੇ ਨੂੰ ਲੈ ਕੇ ਸਟੂਡੈਂਟਸ ਦੀ ਡਿਮਾਂਡ ਸੀ ਵੀ ਉਹਨਾਂ ਦੁਆਰਾ ਸੱਦਾ ਦਿੱਤਾ ਜਾਵੇ। ਸੋ ਅੱਜ ਫਿਰ ਉਹਨਾਂ ਨੂੰ ਸੱਦਾ ਦੇ ਕੇ ਤੁਹਾਡੇ ਅੱਗੇ ਲੈ ਕੇ ਹਾਜ਼ਰ ਹਾਂ। ਬਟ ਉਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਸਾਡੇ ਤੱਕ ਤਾਂ ਜੋ ਸਟੂਡੈਂਟਸ ਦੀ ਕੁਐਰੀਜ਼ ਆਈਆਂ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਸਪੋਂਸ ਰਿਹਾ, ਇੱਥੋਂ ਸ਼ੁਰੂਆਤ ਕਰੀਏ। ਕਿੱਦਾਂ ਦੇ ਵਿਊਅਰਸ, ਕਿੱਦਾਂ ਦੇ ਦਰਸ਼ਕ, ਕਿੱਦਾਂ ਦੇ ਸਵਾਲ ਜਿਹੜੇ ਉਹਨਾਂ ਤੱਕ ਪਹੁੰਚੇ, ਕੀ ਕਹਿਣਾ ਨੰਦਾ ਸਾਹਿਬ ਇਹਦੇ ਬਾਰੇ? ਅਮਨ ਜੀ, ਰਿਸਪੋਂਸ ਕਾਫੀ ਅੱਛਾ ਰਿਹਾ ਐਂਡ ਸਟੂਡੈਂਟਸ ਦੀਆਂ ਬਹੁਤ ਸਾਰੀਆਂ ਕੁਐਰੀਜ਼ ਸੀਗੀਆਂ, ਲਾਈਕ ਰਿਲੇਟਡ ਟੂ ਕੋਰਸ, ਰਿਲੇਟਡ ਟੂ ਵੀਜ਼ਾ, ਜਿਹੜਾ ਕਿ ਬੱਚਿਆਂ ਨੂੰ ਹੁਣ ਤੱਕ ਜੋ ਉਹਨਾਂ ਦੇ ਮਾਇੰਡ 'ਚ ਗੱਲਾਂ ਸੀਗੀਆਂ ਉਹ ਕਲੀਅਰ ਨਹੀਂ ਹੋ ਸਕਦੀਆਂ ਸੀ। ਬਟ ਸੈਕਿੰਡ ਇੱਕ ਬਹੁਤ ਜਿਹੜੀ ਗੱਲ ਸਾਡੇ ਸਾਹਮਣੇ ਆਈ ਹੈਗੀ ਹੈ ਕਿ ਕੁਛ ਬੱਚੇ ਪੰਜਾਬ ਤੋਂ, ਕੁਛ ਹਰਿਆਣਾ ਤੋਂ ਹੈਗੇ ਨੇ, ਉਹ ਕਹਿੰਦੇ ਕਿ ਤੁਹਾਡਾ ਗੰਗਾਨਗਰ ਆਫਿਸ ਹੈਗਾ ਤਾਂ ਅਸੀਂ ਤੁਹਾਡੀ ਸਰਵਿਸਿਜ਼ ਕਿੱਦਾਂ ਲੈ ਸਕਦੇ ਹਾਂ? ਉੱਥੇ ਮੈਂ ਇਹਦੇ ਲਈ ਦੱਸਣਾ ਚਾਹੁੰਦਾ ਕਿ ਸਾਡੇ ਈਮੇਲ 'ਤੇ ਬੱਚੇ ਆਪਣੇ ਡਾਕੂਮੈਂਟ ਸੈਂਡ ਕਰਨ, ਅਸੀਂ ਉਹਨਾਂ ਨੂੰ ਫਰੀ ਆਫ ਕੋਸਟ ਅਸੈਸਮੈਂਟ ਕਰਕੇ ਉਹਨਾਂ ਨੂੰ ਅਸੀਂ ਉਹਦੇ ਈਮੇਲ 'ਤੇ ਰਿਵਰਟ ਕਰਾਂਗੇ। ਜੀ ਬਿਲਕੁਲ, ਇੱਕ ਤਾਂ ਅਸੀਂ ਹਮੇਸ਼ਾ ਜਿਹੜੀ ਸਰਵਿਸ ਪ੍ਰੋਵਾਈਡ ਕਰਵਾਉਂਦੇ ਹਾਂ ਆਪਣੇ ਏਜੰਟਸ ਕੰਸਲਟੈਂਟਸ ਜਿਹੜੇ ਸਾਡੇ ਨਾਲ ਜੁੜਦੇ ਨੇ ਉਹਨਾਂ ਵੱਲੋਂ ਇਹ ਰਹਿੰਦਾ ਵੀ ਤੁਸੀਂ ਉਹਨਾਂ ਦੇ ਆਫਿਸ ਵਿਜ਼ਿਟ ਕਰਕੇ ਤਾਂ ਫਰੀ ਆਫ ਕੋਸਟ ਅਸੈਸਮੈਂਟ ਲਈ ਸਕਦੇ ਹੋ, ਬਟ ਐਕੂਰੇਟ ਕੰਸਲਟੈਂਟਸ ਵੱਲੋਂ ਖਾਸ ਸਰਵਿਸ ਜਿਹੜੇ ਦੂਰ ਦੇ ਸਾਡੇ ਦਰਸ਼ਕ ਨੇ, ਸਟੂਡੈਂਟ ਨੇ, ਵਿਦਿਆਰਥੀ ਨੇ, ਜਿਹੜੇ ਫਿਰ ਵੀ ਅਸੈਸਮੈਂਟ ਚਾਹੁੰਦੇ ਨੇ, ਉਹਨਾਂ ਵੱਲੋਂ ਸਰਵਿਸ ਚਾਹੁੰਦੇ ਨੇ, ਈਮੇਲ ID ਐਡਰੈਸ ਜਿਹੜਾ ਸਕਰੋਲ ਦੇ ਰੂਪ ਵਿੱਚ ਚਲਾਇਆ ਜਾ ਰਿਹਾ ਐਕੂਰੇਟ ਕੰਸਲਟੈਂਟ ਦਾ, ਉਹਦੇ ਉੱਤੇ ਤੁਸੀਂ ਆਪਣੇ ਸਕੈਨ ਕਰਕੇ ਡਾਕੂਮੈਂਟਸ ਭੇਜ ਸਕਦੇ ਹੋ। ਉਹਦੇ 'ਚ ਕੀ ਅਸੈਸਮੈਂਟ ਕਰਕੇ ਕਿਹੜੀ ਕਿਹੜੀ ਤੁਹਾਡੇ ਲਈ ਆਪਸ਼ਨਸ ਨੇ ਉਹ ਤੁਹਾਨੂੰ ਮੇਲ ਰਾਹੀਂ ਦੱਸਿਆ ਜਾਏਗਾ, ਜਾਂ ਤੁਸੀਂ ਫੋਨ 'ਤੇ ਕੋਆਰਡੀਨੇਟ ਕਰਕੇ ਵੀ ਇਹਨਾਂ ਨਾਲ ਜਵਾਬ ਜਿਹੜਾ ਉਹ ਲੈ ਸਕਦੇ ਹੋ। ਇਸ ਤੋਂ ਇਲਾਵਾ ਕਿਹੜੀ ਕੁਐਰੀ ਜ਼ਿਆਦਾ ਬੱਚਾ ਕਰ ਰਿਹਾ? ਆਸਟ੍ਰੇਲੀਆ, ਨਿਊਜ਼ੀਲੈਂਡ ਬਾਰੇ ਕੀ ਕਨਫਿਊਜ਼ਨਸ ਨੇ ਹਾਲੇ ਵੀ? ਕਨਫਿਊਜ਼ਨ ਅਮਨ ਜੀ, ਦੇਖੋ ਇੱਕ ਤਾਂ ਕਨਫਿਊਜ਼ਨ ਸਭ ਤੋਂ ਵੱਡੀ ਹੈ ਬਣੀ ਹੋਈ ਹੈ ਕਿ 90% ਸਟੂਡੈਂਟਸ ਦੇ ਕਾਲ ਆਇਆ ਹੈ ਕਿ ਆਸਟ੍ਰੇਲੀਆ ਬੰਦ ਹੋ ਗਿਆ, ਜੋ ਆਪਾਂ ਪਿਛਲੇ ਡਿਸਕਸ਼ਨ ਦੇ ਵਿੱਚ ਗੱਲ ਵੀ ਕੀਤੀ ਸੀ। ਯੈਸ, 5 ਬੈਂਡ ਨਾਲ ਆਸਟ੍ਰੇਲੀਆ ਬੰਦ ਹੋ ਗਿਆ। ਇੱਥੇ ਮੈਂ ਦੱਸਣਾ ਚਾਹਾਂਗਾ ਸਟੂਡੈਂਟਸ ਨੂੰ ਕਿ ਆਸਟ੍ਰੇਲੀਆ ਬਿਲਕੁਲ ਬੰਦ ਨਹੀਂ ਹੋਇਆ ਹੈਗਾ, 5 ਬੈਂਡ 'ਤੇ ਆਪਸ਼ਨ ਥੋੜ੍ਹੇ ਘੱਟ ਹੋ ਗਏ ਨੇ। ਲਾਈਕ ਹਰ ਬੱਚਾ ਮੈਲਬਰਨ ਜਾਂਦਾ ਜਾਂ ਸਿਡਨੀ ਜਾਂਦਾ ਤਾਂ ਆਪਣੀ ਚੋਇਸ ਦੇ ਅਕੋਰਡਿੰਗਲੀ ਨਹੀਂ ਜਾ ਸਕਦਾ। 5 ਬੈਂਡ 'ਤੇ ਐਡਮਿਸ਼ਨ ਅੱਜ ਵੀ ਹੋ ਰਹੇ ਨੇ। ਸੈਕਿੰਡ ਜਿਹੜਾ ਇੱਕ ਸਭ ਤੋਂ ਬੜੀ ਜਿਹੜਾ ਕੁਐਸਚਨ ਸਾਹਮਣੇ ਆਇਆ ਕਿ ਡਿਪਲੋਮਾ ਲੀਡਿੰਗ ਡਿਗਰੀ ਬੰਦ ਹੋ ਗਿਆ, ਜਦੋਂ ਇਹ ਆਸਟ੍ਰੇਲੀਅਨ ਹਾਈ ਕਮਿਸ਼ਨ ਵੱਲੋਂ ਕਿਸੇ ਤਰ੍ਹਾਂ ਦਾ, ਇਸ ਤਰ੍ਹਾਂ ਦਾ ਕੋਈ ਜਿਹੜੀ ਹੈਗੀ ਆ ਕਿਸੇ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈਗੀ। ਇਹ ਕਾਲਜਸ ਨੇ ਜਿਹੜੇ ਇੱਕ ਕਾਲਜ ਦੇ ਨੇ ਆਪਣਾ ਅੱਗੇ ਯੂਨੀਵਰਸਿਟੀ ਨਾਲ ਪਾਥਵੇ ਬਣਾਇਆ ਹੋਇਆ ਸੀਗਾ, ਤਾਂ ਕਾਲਜਸ, ਕੁਛ ਕਾਲਜਸ ਨੇ ਇਹ ਚੀਜ਼ ਨੂੰ ਸਟੋਪ ਕਰ ਦਿੱਤਾ ਹੈ ਡਿਪਲੋਮਾ ਲਈ ਡਿਗਰੀ ਨੂੰ, ਬਟ ਕੁਛ ਨਵੇਂ ਕਾਲਜਸ ਜਿਹੜੇ ਹੈਗੇ ਆ ਹੁਣ ਅੰਡਰ SPP ਆਏ ਨੇ, ਉਹ SPP ਕਾਲਜਸ ਜਿਹੜੇ ਹੈਗੇ ਉਹਨਾਂ ਦੇ ਆਪਣੇ ਡਿਪਲੋਮਾ ਲੀਡਿੰਗ ਡਿਗਰੀ ਉਹ ਪੈਕੇਜ ਕਰ ਰਹੇ ਨੇ। ਇਹ ਜੇ ਐਸੀਆਂ ਗੱਲਾਂ ਕੋਈ ਹਾਈ ਕਮਿਸ਼ਨ ਵੱਲੋਂ, ਕੋਈ ਐਮਬੈਸੀ ਵੱਲੋਂ, ਕੋਈ ਗਵਰਨਮੈਂਟ ਵੱਲੋਂ ਸਾਹਮਣੇ ਨਹੀਂ ਆਉਂਦੀਆਂ, ਕਿੱਥੋਂ ਆ ਜਾਂਦੀਆਂ ਇਹ ਗੱਲਾਂ ਸਾਹਮਣੇ? ਇਹ ਏਜੰਟ ਜਿਹੜੇ ਏਜੰਟਸ ਉਹਨਾਂ ਦੀ ਆਪਣੀ ਹੀ ਬਣਾਈ ਹੋਈ ਗੱਲ ਹੁੰਦੀ ਹੈ ਵੀ ਆਪਣੇ ਵੱਲੋਂ ਇਹ ਵੀ ਸਟ੍ਰੈਟੇਜੀ ਹੈ ਵੀ ਇਹ ਗੱਲ ਉਡਾ ਦਿਓ। ਯੈਸ ਯੈਸ ਯੈਸ। ਸੋ ਇੱਥੇ ਬੱਚੇ ਨੂੰ ਅਵੇਅਰ, ਤਾਂ ਮੈਂ ਕਹੂੰਗਾ ਬੱਚਾ ਤਾਂ ਕਿਵੇਂ ਰਹੇਗਾ ਉਹਨੂੰ ਤਾਂ ਨਹੀਂ ਪਤਾ, ਬਟ ਇੱਕ ਚੰਗੇ ਕੰਸਲਟੈਂਟ ਦੀ ਚੋਣ ਜਿਹੜੀ ਆ ਉਹੀ ਸਹੀ ਜਿਹੜੀ ਗਾਈਡੈਂਸ ਆ ਉਹ ਦੇ ਸਕਦੀ ਹੈ। ਗੱਲ ਆਸਟ੍ਰੇਲੀਆ ਦੀ ਕੀਤੀ ਹੈ ਇਹਨਾਂ ਦਾ ਸਾਹਿਬ ਨੇ, ਅੱਜ ਆਸਟ੍ਰੇਲੀਆ ਨੂੰ ਲੈ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਾਫੀ ਐਸੀਆਂ ਗੱਲਾਂ ਸੁਣਨ ਨੂੰ ਆਉਂਦੀਆਂ ਨੇ ਵੀ ਆਸਟ੍ਰੇਲੀਆ ਬੰਦ ਹੋ ਗਿਆ, ਆਸਟ੍ਰੇਲੀਆ ਵੀਜ਼ਾ ਨਹੀਂ ਆ ਰਹੇ, ਆਸਟ੍ਰੇਲੀਆ ਹੁਣ ਰਿਜੈਕਟ ਕਰੇਗਾ, ਆਸਟ੍ਰੇਲੀਆ ਨੇ ਹੁਣ ਵੀਜ਼ਾ ਨਹੀਂ ਦੇਣੇ। ਇਹ ਸਭ ਮਨ ਭਾਉਂਦੇ ਵਿਚਾਰ ਆਪ ਹੀ ਬਣਾਏ ਗਏ ਨੇ। ਜਿਹੜਾ SVP GT ਕ੍ਰਾਈਟੀਰੀਆ ਹੈ ਉਹਦੇ ਅੰਡਰ ਜੋ ਸਟੂਡੈਂਟ ਆ ਰਿਹਾ ਉਹਨੂੰ ਅੱਜ ਵੀ ਵੀਜ਼ਾ ਮਿਲਦਾ ਹੈ, ਵੀਜ਼ਾ ਇਹ ਨਹੀਂ ਮਿਲ ਰਿਹਾ। ਹਾਂ, ਜਿਨ੍ਹਾਂ ਨੇ ਕੋਈ ਫੇਕ ਡਾਕੂਮੈਂਟਸ ਲਾ ਕੇ, ਫੇਕ ਇਨਫੋਰਮੇਸ਼ਨ ਦੇ ਕੇ, ਕੋਈ ਐਕਸਪੈਰੀਮੈਂਟ ਕਰਕੇ, ਐਕਸਪੀਰੀਅੰਸ ਲਾ ਕੇ ਜਾਂ ਡਿਪਲੋਮਾ ਲਾ ਕੇ ਕੋਸ਼ਿਸ਼ ਕੀਤੀ ਹੈ ਉਹਨਾਂ ਦੀ ਰਿਜੈਕਸ਼ਨ ਜ਼ਰੂਰ ਆ ਹੀ ਰਹੀਆਂ ਨੇ। ਸੋ ਐਸੇ ਵਿਦਿਆਰਥੀ ਜਿਹੜੇ ਇੱਕ ਐਕਸਪੈਰੀਮੈਂਟ ਕਰਨਾ ਚਾਹੁੰਦੇ ਨੇ ਆਪਣੇ ਫਿਊਚਰ ਨਾਲ, ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਸਹੀ, ਦੇਖੋ ਫਿਊਚਰ ਨਾਲ ਕਿਸੇ ਵੀ ਸਟੂਡੈਂਟ ਨੂੰ ਕੋਈ ਐਕਸਪੈਰੀਮੈਂਟ ਨਹੀਂ ਕਰਨਾ ਚਾਹੀਦਾ, ਬਿਕੋਜ਼ ਜੇਕਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਨਿਊਜ਼ੀਲੈਂਡ ਦੀ ਗੱਲ ਕਰੀਏ, ਇੱਕ ਵਾਰੀ ਕੋਈ ਵੀ ਹਾਈ ਕਮਿਸ਼ਨ ਤੁਹਾਡੀ ਫਾਈਲ ਰਿਜੈਕਟ ਕਰ ਦਿੰਦਾ, ਨੈਕਸਟ ਟਾਈਮ ਤੁਹਾਨੂੰ ਹੁਣ ਅੱਗੇ ਚਾਂਸ ਨਹੀਂ ਮਿਲਦਾ ਹੈਗਾ ਰੀਅਪਲਾਈ ਕਰਨ ਵਾਸਤੇ। ਇਸ ਕਰਕੇ ਮੈਂ ਇਹੀ ਕਹਾਂਗਾ ਸਟੂਡੈਂਟਸ ਨੂੰ ਕਿ ਜੈਨੂਇਨ
ਸੈਕਿੰਡ ਜੇਕਰ ਤੁਹਾਡੇ ਕੋਲ ਡਿਪਲੋਮਾਸ ਜਿਹੜੇ ਤੁਸੀਂ ਹੁਣ ਗੱਲ ਕੀਤੀ ਸੀ ਅਮਨ ਜੀ ਕਿ ਡਿਪਲੋਮਾਸ ਦੇ ਕਰਕੇ ਰਿਫਿਊਜ਼ ਹੋ ਰਹੇ ਨੇ ਕੇਸਿਸ ਜਾਂ ਇੱਦਾਂ ਦੀ ਗੱਲ ਹੈਗੀ ਸੀ, ਮੈਂ ਤੁਹਾਨੂੰ ਇਹਦੇ 'ਚ ਹੁਣ ਇੱਕ ਗੱਲ ਦੱਸਣਾ ਚਾਹੁੰਦਾ। ਡਿਪਲੋਮਾਸ ਇੰਡੀਆ ਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਡਿਪਲੋਮਾਸ ਹੈਗੇ ਨੇ, ਇੱਕ ਪ੍ਰਾਈਵੇਟ ਡਿਪਲੋਮਾਸ ਹੈਗੇ ਨੇ ਪ੍ਰਾਈਵੇਟ ਸੈਂਟਰ ਤੋਂ, ਹਾਂ ਪ੍ਰਾਈਵੇਟ ਸੈਂਟਰ ਤੋਂ ਜਾਂ ਗਰੁੱਪ ਆਫ ਕਾਲਜਸ ਗਰੁੱਪ ਆਫ ਇੰਸਟੀਟਿਊਸ਼ਨਸ ਜਿਹੜੇ ਹੈਗੇ ਨੇ ਉਹ ਪ੍ਰੋਗਰਾਮ ਰਨ ਕਰ ਰਹੇ ਨੇ, ਐਫੀਲੇਟਡ ਬਾਏ ਦ ਯੂਨੀਵਰਸਿਟੀ, ਕਿਸੇ ਯੂਨੀਵਰਸਿਟੀ ਦੇ ਉਹ ਸੈਂਟਰ ਹੁੰਦੇ ਨੇ, ਬਟ ਡਿਪਲੋਮਾ ਸੈਂਟਰ ਯੂਨੀਵਰਸਿਟੀ ਦਾ ਨਹੀਂ ਹੁੰਦਾ, ਡਿਪਲੋਮਾ ਹੁੰਦਾ ਹੈਗਾ ਇੱਕ ਸੈਂਟਰ ਦਾ, ਆਪਣਾ ਇੰਸਟੀਟਿਊਟ ਦਾ ਡਿਪਲੋਮਾ ਹੁੰਦਾ ਪ੍ਰਾਈਵੇਟ ਦਾ। ਡਿਪਲੋਮਾ ਜਿਹੜੇ ਹੈਗੇ ਨੇ ਜੇਕਰ UGC ਅਪਰੂਵਡ ਯੂਨੀਵਰਸਿਟੀ ਤੋਂ ਤੁਸੀਂ ਕੋਈ ਡਿਪਲੋਮਾ ਕੀਤਾ ਹੈਗਾ ਆਫਟਰ 12th ਤਾਂ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਜੇਕਰ ਤੁਹਾਡਾ ਕੰਪਿਊਟਰ ਡਿਪਲੋਮਾ ਹੈ ਡਾਇਕ ਤੋਂ ਤਾਂ ਤਦ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਤੀਸਰਾ ਹੈਗਾ ਕਿ ਇੱਕ ਆਲ ਇੰਡੀਆ ਟੈਕਨੀਕਲ ਐਜੂਕੇਸ਼ਨ ਕੌਂਸਲ ਹੈਗੀ ਹੈ, ਜੇਕਰ ਤੁਹਾਡਾ ਉਹਦੇ ਤੋਂ ਡਿਪਲੋਮਾ ਹੈਗਾ ਤਾਂ ਉਹਦੇ 'ਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਤਾਂ ਉਦੋਂ ਇਜ਼ਲੀ ਬੱਚਾ ਆਪਣਾ ਜਿਹੜਾ ਹੈਗਾ ਵੀਜ਼ਾ ਲੈ ਸਕਦਾ, ਐਡਮਿਸ਼ਨ 'ਚ ਵੀ ਕੋਈ ਪ੍ਰੋਬਲਮ ਨਹੀਂ ਹੈ। ਇਹ ਜਿਹੜੇ ਆਥੋਰਾਈਜ਼ਡ ਅਦਾਰੇ ਦੱਸੇ ਗਏ ਨੇ, ਇਹਨਾਂ ਵੱਲੋਂ ਤੁਸੀਂ ਇਨਫੋਰਮੇਸ਼ਨ ਲੈ ਕੇ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਇਸ ਦੇ ਮੁਤਲਿਕ ਵੀ ਜਾਂ ਇਸ ਤੋਂ ਇਲਾਵਾ ਇਹ ਡਿਪਲੋਮਿਆਂ ਦੇ ਮੁਤਾਬਿਕ, ਤਾਂ ਵੀ ਤੁਸੀਂ ਐਕੂਰੇਟ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਉਹਨਾਂ ਦੇ ਨੰਬਰਾਂ 'ਤੇ ਕਾਲ ਕਰਕੇ। ਇੱਕ ਕਾਫੀ ਦੇਰ ਤੋਂ ਇੱਕ ਦੌੜ ਚੱਲੀ ਆਉਂਦੀ ਸੀ ਆਸਟ੍ਰੇਲੀਆ ਦੀ, ਜਿਹਦੇ ਬਾਰੇ ਬੜੀ ਵਾਰੀ ਅਸੀਂ ਗੱਲ ਕਰਦੇ ਸੀ ਵੀ ਆਸਟ੍ਰੇਲੀਆ ਆਫਰ ਲੈਟਰਸ ਨੂੰ ਲੈ ਕੇ ਬੜਾ ਕਨਫਿਊਜ਼ ਹੈ ਸਟੂਡੈਂਟ, ਕਿਉਂਕਿ ਜਦੋਂ ਐਡਵਰਟਾਈਜ਼ਮੈਂਟ ਦੇਖਦੇ ਸੀ ਕੋਈ ਕਹਿੰਦਾ 4 ਦਿਨ 'ਚ ਆਫਰ ਲੈਟਰ, ਕੋਈ ਕਹਿੰਦਾ 2 ਦਿਨ 'ਚ, ਕੋਈ ਕਹਿੰਦਾ 21 ਦਿਨ, ਕੋਈ ਕਹਿੰਦਾ ਮਹੀਨਾ, ਸਟੂਡੈਂਟ ਕਾਫੀ ਕਨਫਿਊਜ਼ ਹੋ ਗਿਆ ਸੀ ਇੱਥੇ ਵੀ ਐਕਚੁਅਲ ਹੋ ਕੀ ਰਿਹਾ, ਵੀ ਕਿਹਨੂੰ 2 ਦਿਨ ਲੱਗਦੇ, ਕਿਹਨੂੰ 4 ਦਿਨ, ਕਿਹਨੂੰ ਮਹੀਨਾ ਲੱਗਦਾ। ਅੱਜ ਦੀ ਡੇਟ 'ਚ ਜਦੋਂ ਗੱਲ ਕਰਦੇ ਹਾਂ 2-4 ਦਿਨ ਨਾਲ ਹੀ ਐਡਵਰਟਾਈਜ਼ਮੈਂਟ ਆਉਣੀਆਂ ਬੰਦ ਹੋ ਗਈਆਂ, ਬਟ ਹੁਣ ਐਕਚੁਅਲ ਕੀ ਚੱਲ ਰਿਹਾ, ਕੀ ਰੂਲ ਐਂਡ ਰੈਗੂਲੇਸ਼ਨਸ ਨੇ, ਕਿਵੇਂ ਆਸਟ੍ਰੇਲੀਆ ਜਾਣ ਵਾਲਾ ਸਟੂਡੈਂਟ ਇੱਕ ਸਹੀ ਇਨਫੋਰਮੇਸ਼ਨ ਲੈ ਸਕਦਾ, ਇਹ ਜਾਣਦੇ ਹਾਂ B.S.Nandha ਸਾਹਿਬ ਤੋਂ, ਕਿਉਂਕਿ ਜਦੋਂ ਇਹ ਸਾਰੀਆਂ ਜਾਣਕਾਰੀ ਸਟੂਡੈਂਟ ਤੱਕ ਪਹੁੰਚਦੀ ਹੈ ਤਾਂ ਉਹਦੇ ਜਿਹੜੇ ਮਿਸਗਾਈਡ ਹੋਣ ਦੇ ਚਾਂਸਿਸ ਨੇ ਉਹ ਬਹੁਤ ਘੱਟ ਜਾਂਦੇ ਨੇ। ਕੀ ਕਹਿਣਾ ਜੀ, ਕੀ ਚੱਲਦਾ ਆਫਰ ਲੈਟਰ ਨੂੰ? ਦੇਖੋ, ਆਫਰ ਲੈਟਰ ਦੇ ਦੇਖੋ ਸਭ ਤੋਂ ਪਹਿਲਾਂ ਤਾਂ SVP ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। SVP ਅੰਡਰ ਜਿੰਨੇ ਵੀ ਯੂਨੀਵਰਸਿਟੀ ਐਂਡ ਕਾਲਜਸ ਹੈਗੇ ਨੇ, ਬੱਚੇ ਦੇ ਟੋਟਲ ਡਾਕੂਮੈਂਟ, ਪਹਿਲਾਂ ਉਹਨਾਂ ਦੀ ਪ੍ਰੋਫਾਈਲ ਜਿਹੜੀ ਹੈ ਅਸੈਸਮੈਂਟ ਕਾਲਜ ਐਂਡ ਯੂਨੀਵਰਸਿਟੀਜ਼ ਨੇ ਕਰਨੀ ਹੁੰਦੀ ਹੈ ਐਂਡ ਬਿਫੋਰ ਐਡਮਿਸ਼ਨ। ਹੁਣ ਬੱਚੇ ਦੇ ਜਿੰਨੇ ਡਾਕੂਮੈਂਟ ਹੈਗੇ ਉਹ ਵੈਰੀਫਿਕੇਸ਼ਨ ਕਰਨ ਦੇ ਵਿੱਚ ਟਾਈਮ ਪੀਰੀਅਡ ਲੱਗਦਾ ਹੈਗਾ, ਔਰ 3-4 ਵੀਕਸ ਤਾਂ ਤੋਂ ਪਹਿਲਾਂ ਆਫਰ ਲੈਟਰ ਨਹੀਂ ਆ ਸਕਦਾ ਕਿਸੇ ਵੀ ਹਾਲਤ ਦੇ। ਬਿਲਕੁਲ ਜੈਨੂਇਨ ਹੈ, ਕਿਉਂਕਿ ਇਹ ਟਾਈਮ ਅਥਾਰਟੀ ਦਿੱਤੀ ਗਈ ਹੈ ਇੰਸਟੀਟਿਊਟ ਨੂੰ, ਅੰਬੈਸੀ ਵੱਲ, ਉਹਨੇ ਕਰਨਾ ਵੀ ਹੈ। ਯੈਸ, ਵੀ ਬੱਚਾ ਐਕਚੁਅਲ ਜੈਨੂਇਨ ਹੈ ਕਿ ਨਹੀਂ ਹੈ। ਬਿਲਕੁਲ ਬਿਲਕੁਲ। ਅਤੇ ਇਹ ਹਰ ਹਰ ਕਾਲਜ ਮਹੀਨਾ ਲੱਗ ਰਿਹਾ ਅਪਰੋਕਸੀਮੇਟਲੀ ਜਾਂ ਅਲੱਗ ਅਲੱਗ ਜਿਹੜਾ ਵੈਰੀ ਕਰਦਾ? ਦੇਖੋ, 3-4 ਵੀਕਸ ਆਲਮੋਸਟ, ਜੇਕਰ ਤੁਹਾਡੀ ਐਪਲੀਕੇਸ਼ਨ ਬਿਲਕੁਲ ਸਹੀ ਹੈ, ਐਪਲੀਕੇਸ਼ਨ ਫੋਰਮ ਤੁਹਾਡਾ ਪ੍ਰੋਪਰ ਤਰੀਕੇ ਨਾਲ ਫਿਲ ਹੈਗਾ, ਕੋਈ ਡਾਕੂਮੈਂਟ ਤੁਹਾਡਾ ਸ਼ਾਰਟ ਨਹੀਂ ਹੈਗਾ, ਕਿਸੇ ਕੋਈ ਡਾਕੂਮੈਂਟ ਤੁਹਾਡਾ ਫੇਕ ਨਹੀਂ, ਉਹਦੀ ਵੈਰੀਫਿਕੇਸ਼ਨ ਈਜ਼ਲੀ ਹੋ ਰਹੀ ਹੈ, ਤਾਂ 3-4 ਵੀਕ ਦੇ ਵਿੱਚ ਤੁਹਾਡਾ ਆਫਰ ਲੈਟਰ ਆ ਜਾਂਦਾ। ਹੁਣ ਇੱਥੇ ਇੱਕ ਬੜੀ ਵਧੀਆ ਗੱਲ ਆਉਂਦੀ ਹੈਗੀ ਹੈ ਕਿ ਕੁਝ ਕੰਸਲਟੈਂਟਸ ਨੂੰ ਪਤਾ ਨਹੀਂ ਹੈਗਾ ਕਿ ਕਿਸੇ ਯੂਨੀਵਰਸਿਟੀ 'ਚ ਬੱਚੇ ਨੂੰ ਅਪਲਾਈ ਕਰ ਰਹੇ ਹਾਂ, ਉਹਦਾ ਐਂਟਰੀ ਰਿਕੁਆਇਰਮੈਂਟਸ ਕੀ ਹੈਗੇ ਆ। ਕੁਝ ਯੂਨੀਵਰਸਿਟੀਜ਼ ਕਹਿੰਦੀਆਂ ਸਾਨੂੰ 50% ਦਾ ਸਟੂਡੈਂਟ ਚਾਹੀਦਾ, ਕੁਝ ਕਹਿੰਦੀਆਂ ਨੂੰ 60% ਦਾ ਸਟੂਡੈਂਟ ਚਾਹੀਦਾ, ਕੁਝ ਕਹਿੰਦੇ ਅਸੀਂ 5.5 ਨਾਲ ਐਡਮਿਸ਼ਨ ਦੇਵਾਂਗੇ, ਕੁਝ ਕਹਿੰਦੇ 5 ਦੇ ਦੇਵਾਂਗੇ, ਆਪਣਾ ਆਪਣਾ ਕ੍ਰਾਈਟੇਰੀਆ। ਯੈਸ, ਹੁਣ ਉਹ ਜੇਕਰ 6 ਬੈਂਡ ਵਾਲੀ ਯੂਨੀਵਰਸਿਟੀ 'ਚ ਅਸੀਂ 5 ਬੈਂਡ ਵਾਲੇ ਬੱਚੇ ਨੂੰ ਅਪਲਾਈ ਕਰਾਂਗੇ ਤਾਂ ਆਫਟਰ 2-3 ਮੰਥ, ਆਫਟਰ 3-4 ਵੀਕਸ, ਸੋਰੀ 3-4 ਵੀਕਸ ਜਿਹੜਾ ਹੈਗਾ ਉਹ ਐਪਲੀਕੇਸ਼ਨ ਜਿਹੜੀ ਹੈਗੀ ਤੁਹਾਡੀ ਡਿਲੇ ਹੋਏਗੀ ਔਰ ਰਿਜੈਕਟ ਵੀ ਹੋਏਗੀ। ਐਪਲੀਕੇਸ਼ਨ ਪ੍ਰੋਪਰ ਕੰਪਲੀਟ ਹੋ ਕੇ ਜੋ ਉਹਨਾਂ ਦੇ ਰਿਕੁਆਇਰਮੈਂਟਸ ਹੈਗੀਆਂ ਫੁਲਫਿਲ ਕਰਕੇ ਤੁਸੀਂ ਐਪਲੀਕੇਸ਼ਨ ਭਿਜਵਾਉਂਦੇ ਹੋ ਤਾਂ 100% ਤੁਹਾਡਾ ਐਡਮਿਸ਼ਨ 3-4 ਵੀਕਸ ਹੋ ਜਾਂਦਾ। ਜੀ, ਇੱਕ ਚੀਜ਼ ਹੋਰ, ਜਦੋਂ ਆਪਾਂ LE ਵਾਲੇ ਬੱਚਿਆਂ ਲਈ ਗੱਲ ਕਰਦੇ ਹਾਂ, ਉਹਨਾਂ ਲਈ ਕੋਈ ਖਾਸ ਇਹ ਵੀ ਹੁੰਦਾ ਵੀ ਪਹਿਲੇ LE ਦੀ ਆਫਰ ਲੈਟਰ ਆਏਗੀ ਫਿਰ ਉਹ ਵੀ ਕੰਡੀਸ਼ਨਲ ਅਨਕੰਡੀਸ਼ਨਲ, ਕੋਈ ਐਸੇ ਵੀ ਹੁੰਦਾ ਇਹਦਾ? ਅਸੀਂ ਇਹਦੇ 'ਚ ਅਮਨ ਜੀ, ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਹੈ, ਕਿਉਂਕਿ ਕੁਛ ਦੇਖੋ ਕੁਛ ਕਾਲਜਸ ਦੇ ਕੋਲ ਆਪਣੀ LE ਕੋਰਸ ਨਹੀਂ ਹੈਗੀ, ਉਹਨਾਂ ਨੇ ਆਪਣਾ ਇੱਕ ਪਾਥਵੇ ਲਿੰਕ ਬਣਾਇਆ ਹੈ। ਇੱਕ ਕਾਲਜ LE ਕੋਰਸ ਦਾ ਅਲੱਗ ਕਾਲਜ ਹੈਗਾ, ਡਿਪਲੋਮਾ ਦਾ ਅਲੱਗ ਹੈਗਾ, ਬੈਚਲਰ ਦਾ ਅਲੱਗ ਹੈਗਾ, ਜਾਂ ਫਿਰ ਮਾਸਟਰ ਦਾ ਅਲੱਗ ਹੈਗਾ, LE ਕੋਰਸ ਦਾ ਕਾਲਜ ਅਲੱਗ ਹੈਗਾ। ਤਾਂ ਇਸ ਤਰ੍ਹਾਂ ਜੇ ਉਹ ਉਸ ਤਰ੍ਹਾਂ ਦਾ ਕੋਰਸ ਜਾਂ ਉਸ ਤਰ੍ਹਾਂ ਦੀ ਯੂਨੀਵਰਸਿਟੀ ਕਾਲਜ ਨੂੰ ਅਸੀਂ ਚੂਜ਼ ਕਰਦੇ ਹਾਂ ਤਾਂ ਦੈਨ ਫਿਰ ਅਲੱਗ ਅਲੱਗ ਹੀ ਆਫਰ ਲੈਟਰ ਆਣਗੇ ਜੇ ਉਹ ਸਾਰੇ ਅਲੱਗ ਅਲੱਗ ਆਉਣਗੇ। ਯੈਸ, ਇਹਦੇ 'ਚ ਇੱਕ ਬੜੀ ਇੰਪੋਰਟੈਂਟ ਗੱਲ ਜਿਹੜੀ ਹੈਗੀ ਹੈ ਕਿ ਬਹੁਤ ਵਾਰੀ ਕੀ ਹੁੰਦਾ ਕਿ ਬੱਚੇ ਦਾ LE ਕੋਰਸ ਦਾ ਆਫਰ ਲੈਟਰ ਆ ਜਾਂਦਾ, ਉਸ ਤੋਂ ਬਾਅਦ 'ਚ ਕਾਲਜ ਦਾ ਆਫਰ ਲੈਟਰ ਆ ਜਾਂਦਾ ਡਿਪਲੋਮਾ ਦਾ, ਔਰ ਫਿਰ ਬੈਚਲਰ ਦਾ ਆਫਰ ਲੈਟਰ ਨਹੀਂ ਆਉਂਦਾ। ਤਾਂ ਜਦ ਤੱਕ ਯੂਨੀਵਰਸਿਟੀ ਜੋ ਮੇਨ ਐਜੂਕੇਸ਼ਨ ਪ੍ਰੋਵਾਈਡਰ ਅੰਡਰ SVP ਹੈ, ਜਦ ਤੱਕ ਉਹਦੀ ਅਪਰੂਵਲ ਐਪਲੀਕੇਸ਼ਨ ਨੂੰ ਨਹੀਂ ਮਿਲਦੀ, ਤਦ ਤੱਕ ਉਹ ਐਪਲੀਕੇਸ਼ਨ ਤੁਹਾਡੀ ਨੋਨ SVP ਹੈਗੀ ਹੈ, ਔਰ ਤਦ ਤੱਕ ਤੁਹਾਡੀ ਐਪਲੀਕੇਸ਼ਨ ਸਕਸੈਸ ਨਹੀਂ ਹੈਗੀ। ਕਈ ਵਾਰੀ ਇਹੀ ਆਫਰ ਲੈਟਰ ਦਿਖਾ ਕੇ ਬੱਚੇ ਨੂੰ ਕਿਹਾ ਜਾਂਦਾ ਵੀ 2-4 ਦਿਨ 'ਚ ਤੁਹਾਨੂੰ ਆਫਰ ਲੈਟਰ ਲੈ ਕੇ ਦੇ ਦਿੱਤਾ ਗਿਆ। ਬਿਲਕੁਲ ਠੀਕ ਗੱਲ ਹੈ। ਸੋ ਇਹ ਬੱਚੇ ਨੂੰ ਸਮਝਣਾ ਪਏਗਾ, ਜਿਵੇਂ ਦੱਸ ਰਹੇ ਆ ਨੰਦਾ ਸਾਹਿਬ, ਵੀ ਜੇ ਤੁਹਾਡੀ ਐਕਚੁਅਲ ਜੋ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਤੁਸੀਂ ਜਾ ਰਹੇ ਹੋ, ਜਿਹੜਾ ਮੇਨ ਕੋਰਸ ਹੈ ਉਹਦੀ ਤੁਹਾਡੇ ਕੋਲ ਯੂਨੀਵਰਸਿਟੀ ਦੀ ਆਫਰ ਲੈਟਰ ਅਨਕੰਡੀਸ਼ਨਲ ਨਹੀਂ ਹੈ, ਤਾਂ ਤੱਕ ਜਿਹੜਾ SVP ਦੇ ਅੰਡਰ ਤੁਹਾਡਾ ਜਿਹੜਾ ਸਹੀ ਆਫਰ ਲੈਟਰ ਜਿਹੜਾ ਉਹ ਨਹੀਂ ਮੰਨਿਆ ਜਾਏਗਾ। ਬਿਲਕੁਲ। ਦੂਜੀ ਗੱਲ, ਅੱਜ ਅਪਡੇਸ਼ਨ
ਇੰਪਲੀਮੈਂਟ ਕੁਛ ਨਹੀਂ ਹੋਇਆ ਬਟ ਕਾਫੀ ਜ਼ਿਆਦਾ ਸੁਣਨ ਨੂੰ ਕਾਫੀ ਕੁਝ ਮਿਲ ਰਿਹਾ ਹੈ ਕੀ ਕਹਿਣਾ ਨੰਦਾ ਸਾਹਿਬ ਕੀ ਅਪਡੇਸ਼ਨ ਉਮੀਦ ਕਰ ਰਹੇ ਹੋ ਜੀ ਗੱਲ ਹੈਗੀ ਅਮਨ ਜੀ ਕਿ ਆਪਾਂ ਇੰਡੀਆ ਦੀ ਵੀ ਗੱਲ ਕਰੀਏ ਤੇ ਇੰਡੀਅਨ ਗਵਰਨਮੈਂਟ ਕੀ ਇੱਕ ਆਮ ਨਾਗਰਿਕ ਨੂੰ ਪੁੱਛ ਕੇ ਰੂਲਸ ਬਣਾਉਂਦੇ ਹੈ ਤੇ ਮੈਨੂੰ ਤਾਂ ਇਹ ਗੱਲਾਂ ਸੁਣ ਕੇ ਬੜਾ ਹਾਸੀ ਆਉਂਦੀ ਹੈ ਕਿ ਗਵਰਨਮੈਂਟ ਵੈਬਸਾਈਟ ਤੇ ਉਹਨਾਂ ਨੇ ਕੀਤਾ ਹੋਇਆ ਕਿ ਐਡਵਾਂਸ ਡਿਪਲੋਮਾਜ਼ ਨੂੰ ਅੰਡਰ ਐਸਬੀਪੀ ਲੈ ਕੇ ਆ ਰਹੇ ਨੇ ਬਟ ਕਿਦੋਂ ਲੈ ਕੇ ਆ ਰਹੇ ਨੇ ਇਦਾਂ ਦਾ ਕੋਈ ਟਾਈਮ ਉਹਨਾਂ ਨੇ ਹਲੇ ਤੱਕ ਨਹੀਂ ਦੱਸਿਆ ਹੈਗਾ ਮੇਰੇ ਖਿਆਲ ਸਾਡੇ ਏਜੰਟ ਆਪਣੇ ਆਪ ਹੀ ਇਹ ਗੱਲਾਂ ਕਰਨੇ ਸ਼ੁਰੂ ਐਡਵਾਂਸ ਡਿਪਲੋਮਾਜ਼ ਅੰਡਰ ਐਸਬੀਪੀ ਆ ਰਹੇ ਨੇ ਇਦਾਂ ਦਾ ਉਹਨਾਂ ਨੇ ਇੰਡੀਕੇਸ਼ਨ ਦਿੱਤੇ ਹੈ ਬਟ ਹਲੇ ਕੁਛ ਕਲੀਅਰ ਨਹੀਂ ਹੈਗਾ ਕਿ ਨਵੰਬਰ ਚ ਆਣਗੇ ਦਸੰਬਰ ਚ ਆਣਗੇ ਜਨ ਜਾਣਗੇ ਫੈਬ ਜਾਣਗੇ ਜੀ ਇੱਕ ਖਾਸਕਰ ਜਿਹੜੇ ਬੱਚਿਆਂ ਦੀ ਕੁਐਰੀਜ਼ ਰਹਿੰਦੀਆਂ ਨੇ ਵੀ ਪਤਾ ਨਹੀਂ ਹੁਣ ਸਕਸੈਸ ਰੇਟ ਘੱਟ ਗਿਆ ਵੀਜ਼ਾਸ ਨਹੀਂ ਆ ਰਹੇ ਆਸਟ੍ਰੇਲੀਆ ਨੂੰ ਲੈ ਕੇ ਉਹਨਾਂ ਨੂੰ ਕੀ ਕਹਿਣਾ ਕਿਉਂਕਿ ਫੇਸਬੁੱਕ 'ਤੇ ਤਾਂ ਤੁਹਾਡੀ ਅਪਡੇਸ਼ਨਸ ਦੇਖਣ ਨੂੰ ਮਿਲ ਜਾਂਦੀਆਂ ਵੀ ਕਦੀ ਇੱਕ ਦੋ ਦਿਨ ਛੱਡ ਕੇ ਵੀਜ਼ਾਸ ਦੀ ਅਪਡੇਸ਼ਨਸ ਆਉਂਦੀਆਂ ਨੇ ਵੀ ਆਹ ਬੱਚੇ ਦਾ ਵੀਜ਼ਾ ਲੱਗ ਗਿਆ ਤਾਂ ਕਿ ਮੈਂ ਸ਼ੋ ਦੇ ਥਰੂ ਵੀ ਚਾਹੂੰਗਾ ਜ਼ਰੂਰ ਦੱਸ ਦਿਓ ਵੀ ਵੀਜ਼ਾ ਨੂੰ ਲੈ ਕੇ ਕੋਈ ਪ੍ਰੋਬਲਮ ਸਕਸੈਸ ਰੇਟ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਅਸੀਂ ਅਮਨ ਜੀ ਸਾਡਾ ਇੱਕ ਸ਼ੁਰੂ ਤੋਂ ਰਿਹਾ ਹੈਗਾ ਕਿ ਅਸੀਂ ਦੇਖੋ ਇੱਥੇ ਇੱਕ ਬੜੀ ਗੱਲ ਜੈਨੂਨ ਜੀ ਗੱਲ ਆਉਂਦੀ ਹੈ ਕਿ 90% 70% ਜਿਹੜੇ ਏਜੰਟ ਹੈਗੇ ਨੇ ਉਹ ਥਰੂ ਚੈਨ ਕੰਮ ਕਰਦੇ ਨੇ ਡਾਇਰੈਕਟ ਉਹਨਾਂ ਕੋਲ ਆਪਣਾ ਕੋਈ ਵੀ ਕਾਲਜ ਟਰੈਵਲਿੰਗ ਮੋਬਾਈਲ ਡਾਇਰੈਕਟ ਉਹਨਾਂ ਕੋਲ ਆਪਣਾ ਕੋਈ ਟਾਇਰ ਨਹੀਂ ਹੈਗਾ ਐਗਰੀਮੈਂਟ ਨਹੀਂ ਹੈਗਾ ਹੁਣ ਜੋ ਮੇਨ ਪਰਸਨ ਪਿੱਛੇ ਬੈਠਾ ਹੋਇਆ ਉਹਨੂੰ ਤਾਂ ਪ੍ਰੋਪਰ ਟ੍ਰੇਨਿੰਗ ਹੈਗੀ ਹੈ ਕਿ ਕੋਰਸ ਦੀ ਰਿਕੁਆਇਰਮੈਂਟਸ ਕੀ ਹੈਗੀਆਂ ਨੇ ਬਟ ਜਦੋਂ ਜਿਹੜੇ ਪਿੱਛੇ ਸਟਾਰਟਿੰਗ 'ਚ ਨੰਬਰ 1 'ਤੇ ਜੋ ਏਜੰਟ ਬੈਠਾ ਹੋਇਆ ਹੁਣ ਉਹਦੇ ਕੋਲ ਐਪਲੀਕੇਸ਼ਨ ਹੈ ਉਹ ਫੇਕ ਡਾਕੂਮੈਂਟ ਬਣਾ ਰਿਹਾ ਜਾਂ ਜੋ ਐਸ ਬੀ ਪੀ ਦੀਆਂ ਰਿਕੁਆਇਰਮੈਂਟਸ ਨਹੀਂ ਹੈਗੀਆਂ ਉਹਦੇ ਅਕੋਰਡਿੰਗਲੀ ਉਹ ਫਾਈਲ ਬਣਾ ਕੇ ਭੇਜ ਰਿਹਾ ਹੈਗਾ ਤਾਂ ਉਹਦੇ 'ਚ ਰਿਫਿਊਜ਼ਲ ਆਉਣੀ ਹੈ ਬਟ ਅਸੀਂ ਜੋ ਐਪਲੀਕੇਸ਼ਨ ਅੰਡਰ ਐਸ ਬੀ ਪੀ ਇਲੀਜੀਬਲ ਹੈਗੀ ਹੈ ਜੋ ਸਟੂਡੈਂਟ ਇਲੀਜੀਬਲ ਹੈ ਅਸੀਂ ਉਹਦਾ ਹੀ ਐਡਮਿਸ਼ਨ ਕਰਾਉਂਦੇ ਹਾਂ ਉਹਦੀ ਐਪਲੀਕੇਸ਼ਨ ਲੈਂਦੇ ਔਰ ਵੀਜ਼ਾ ਜੈਨੂਅਨ ਸਟੂਡੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਇੱਥੇ ਕਾਫੀ ਨੇ ਜਿਹੜੇ ਟਰੈਵਲਿੰਗ ਆਫ ਫਾਈਲ ਜਿਹਨੂੰ ਆਪਾਂ ਏਜੰਟਸ ਕਹਿ ਲੈਂਦੇ ਜਿਹਨਾਂ ਡਾਇਰੈਕਟ ਆਈ ਆਪਣਾ ਹੀ ਹੈ ਜੇ ਆਪਾਂ ਗੰਗਾਨਗਰ ਦੀ ਹਨੂੰਮਾਨਗੜ੍ਹ ਦੀ ਇਹ ਬੈਲਟ ਦੀ ਗੱਲ ਕਰੀਏ ਇੱਥੇ ਵੀ ਕਈ ਐਸੇ ਬੈਠੇ ਨੇ ਜਿਹੜੇ ਦੁਕਾਨਾਂ ਮੈਂ ਕਹੂੰਗਾ ਖੋਲ੍ਹ ਕੇ ਵੀ ਜਿਹਨੇ ਕੋਈ ਡਾਇਰੈਕਟ ਆਈ ਐਪਸ ਨਹੀਂ ਹੈਗੇ ਹਾਂ ਬਿਲਕੁਲ ਬਹੁਤ ਸਾਰੇ ਉਧਰ ਵੀ ਹੈਗੇ ਨੇ ਇਦਾਂ ਦੇ ਕੰਸਲਟੈਂਟ ਏਜੰਟ ਕਹਿ ਲਓ ਕਿ ਜਿਨ੍ਹਾਂ ਦਾ ਡਾਇਰੈਕਟ ਕੋਈ ਟਾਈਅਪ ਨਹੀਂ ਹੈਗਾ ਇੱਕ ਵਿਦਿਆਰਥੀ ਕਿਵੇਂ ਜੱਜ ਕਰੇਗਾ ਦੇਖੋ ਬੋਰਡ ਉਹਨੇ ਵੀ ਵੱਡਾ ਸਾਰਾ ਲਾ ਦੇਣਾ ਉਹ ਵੱਡੀਆਂ ਹੋਰਡਿੰਗਸ ਵੱਡੀਆਂ ਐਡਸ ਬਟ ਡਾਇਰੈਕਟ ਆਈ ਐਪ ਹੈ ਨਹੀਂ ਹੁਣ ਬੱਚਾ ਕਿਵੇਂ ਜੱਜ ਕਰਿਆ ਕਿ ਐਕਚੁਅਲ ਜਿਹਦੇ ਕੋਲ ਮੈਂ ਜਾ ਰਿਹਾ ਬਹੁਤ ਸਿੰਪਲ ਹੈਗਾ ਅਮਨ ਜੀ ਕਿ ਹਰ ਕਾਲਜ ਦੀ ਹਰ ਯੂਨੀਵਰਸਿਟੀ ਦੀ ਇੱਕ ਵੈਬਸਾਈਟ ਹੈਗੀ ਹੈ ਹੋਰ ਵੈਬਸਾਈਟ ਦੇ ਉੱਪਰ ਉਹਨਾਂ ਦੇ ਜਿਹੜੇ ਆਥੋਰਾਈਜ਼ਡ ਰਿਪ੍ਰੈਜ਼ੈਂਟੇਟਿਵ ਹੈਗੇ ਨੇ ਉਹਨਾਂ ਦੀ ਲਿਸਟ ਬਣੀ ਹੁੰਦੀ ਹੈ ਇੱਕ ਚੀਜ਼ ਤੇ ਹੈਗੀ ਹੈ ਸੈਕਿੰਡ ਜਿਹੜੇ ਨਵੇਂ ਉਹ ਅਪਾਇੰਟ ਕਰਦੇ ਨੇ ਰਿਪ੍ਰੈਜ਼ੈਂਟੇਟਿਵ ਕਈ ਵਾਰ ਉਹਨਾਂ ਦਾ ਨਾਮ ਵਿੱਚ ਨਹੀਂ ਹੁੰਦਾ ਉਹਦੇ ਵਿੱਚ ਸਿੰਪਲੀ ਸਟੂਡੈਂਟ ਆਪਣਾ ਇੱਕ ਆਪਣੀ ਈਮੇਲ ਤੋਂ ਕਾਲਜ ਨੂੰ ਈਮੇਲ ਭੇਜੇ ਯੂਨੀਵਰਸਿਟੀ ਨੂੰ ਈਮੇਲ ਭੇਜੇ ਕਿ ਮੈਂ ਇਹ ਤੁਹਾਡੇ ਕਾਲਜ ਦੇ ਵਿੱਚ ਤੁਹਾਡੀ ਯੂਨੀਵਰਸਿਟੀ 'ਚ ਅਪਲਾਈ ਕਰਨਾ ਚਾਹੁੰਦਾ ਮੈਨੂੰ ਤੁਸੀਂ ਤੁਹਾਡੇ ਏਜੰਟਸ ਦੀ ਜਾਂ ਰਿਪ੍ਰੈਜ਼ੈਂਟੇਟਿਵ ਦੀ ਲਿਸਟ ਸਾਨੂੰ ਤੁਸੀਂ ਦਿਓ ਤੋ ਇਜ਼ਲੀ ਉਹ ਲੋਕ ਈਮੇਲ ਦਾ ਰਿਵਰਟ ਕਰਦੇ ਨੇ ਇੰਨੀ ਤਵਜੋ ਮੇਰੇ ਕੋਲ ਬੱਚੇ ਨਹੀਂ ਦਿੱਕਤ ਲੈਂਦੇ ਅੱਜ ਕੱਲ੍ਹ ਜਿਹੜੇ ਸਮਾਰਟਫੋਨ ਹਰ ਕੋਈ ਯੂਜ਼ ਕਰਦਾ ਵੀ ਇੰਟਰਨੈਟ ਦੀ ਇੰਨਾ ਯੂਜ਼ ਨਹੀਂ ਕਰਦੇ ਵੀ ਕਾਲਜ ਯੂਨੀਵਰਸਿਟੀ ਨੂੰ ਪੁੱਛ ਲਿਆ ਜਾਵੇ ਬਟ ਇੱਕ ਜਦੋਂ ਬੱਚਾ ਵਿਜ਼ਿਟ ਹੀ ਕਰ ਗਿਆ ਇੱਕ ਆਫਿਸ ਦੇ ਵਿੱਚ ਇੱਕ ਕਾਉਂਸਲਰਸ ਨੇ ਉਹਨੂੰ ਕਾਉਂਸਲਿੰਗ ਕੀਤੀ ਕਿਉਂਕਿ ਡਾਇਰੈਕਟ ਮੇਰੇ ਖਿਆਲ ਜ਼ਿਆਦਾ ਜਿਹੜੇ ਏਜੰਟ ਨੇ ਆਪ ਨਹੀਂ ਮਿਲਦੇ ਜਾਂ ਆਪ ਉਹਨਾਂ ਨੌਲੇਜ ਨਹੀਂ ਹੈ ਕਿਉਂਕਿ ਹੋਰ ਕੰਮ 'ਚੋਂ ਇੱਧਰ ਆਏ ਹੋਏ ਹੁੰਦੇ ਆ ਜੀ ਸਾਰਾ ਕੰਮ ਡਿਪੈਂਡ ਜਿਹੜਾ ਕਾਉਂਸਲਰ 'ਤੇ ਗਿਰਦੇ ਆ ਜੀ ਉਹ ਵੀ ਫਰਕ ਰਹਿੰਦਾ ਜਿਹੜਾ ਆਪ ਕੰਸਲਟੈਂਟ ਨਹੀਂ ਮਿਲਦਾ ਜਾਂ ਜਿਹੜਾ ਆਫਿਸ ਹੀ ਵਿਜ਼ਿਟ ਕਰ ਲਿਆ ਇੱਕ ਵਿਦਿਆਰਥੀ ਨੇ ਉਹ ਕਿਵੇਂ ਜੱਜ ਕਰੇਗਾ ਵੀ ਐਕਚੁਅਲ ਜਦੋਂ ਆਇਆ ਉਹ ਏਜੰਟ ਹੈ ਕਿ ਕੰਸਲਟੈਂਟ ਹੈ ਸੀ ਦੇਖੋ ਇਹ ਤਾਂ ਡਿਊਰਿੰਗ ਦਾ ਕਾਉਂਸਲਿੰਗ ਹੀ ਪਤਾ ਲੱਗ ਜਾਂਦਾ ਜੇ ਅਸੀਂ ਆਪਣੇ ਆਫਿਸ ਦੀ ਗੱਲ ਕਰੀਏ ਤਾਂ ਅਸੀਂ ਮੈਂ ਖੁਦ ਸੈਲਫ ਬੱਚੇ ਨੂੰ ਕਾਉਂਸਲਿੰਗ ਦਿੰਦਾ ਔਰ ਸਾਡਾ ਜਿਹੜਾ ਸਟਾਫ ਹੈ ਵੈਲ ਕੁਆਲੀਫਾਈਡ ਸਟਾਫ ਹੈਗਾ ਪ੍ਰੋਪਰ ਤਰੀਕੇ ਨਾਲ ਉਹਨੂੰ ਕਾਉਂਸਲਿੰਗ ਦੇਈ ਦੀ ਹੈਗੀ ਹੈ ਔਰ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਕੌਣ ਆਥੋਰਾਈਜ਼ ਰਿਪ੍ਰੈਜ਼ੈਂਟੇਟਿਵ ਹੈਗਾ ਜਾਂ ਕੌਣ ਨਹੀਂ ਹੈਗਾ ਹਾਂ ਸਿੰਪਲ ਇਹਦੇ 'ਚ ਹੁਣ ਇਹ ਗੱਲ ਹੈ ਕਿ ਅਸੀਂ ਜਦੋਂ ਹੁਣ ਆਸਟ੍ਰੇਲੀਆ ਦੀ ਐਪਲੀਕੇਸ਼ਨ ਲੌਂਚ ਕਰਦੇ ਹਾਂ ਆਸਟ੍ਰੇਲੀਆ ਹਾਈ ਕਮਿਸ਼ਨ ਦੇ ਵਿੱਚ ਜਾਂ ਨਿਊਜ਼ੀਲੈਂਡ ਹਾਈ ਕਮਿਸ਼ਨ 'ਚ ਐਪਲੀਕੇਸ਼ਨ ਲੌਂਚ ਕਰਦੇ ਤਾਂ ਅਸੀਂ ਆਪਣੀ ਕੰਪਨੀ ਦੇ ਨਾਮ ਤੋਂ ਲੌਂਚ ਕਰਦੇ ਹਾਂ ਵੀਜ਼ਾ ਦੇ ਉੱਪਰ ਵੀ ਸਾਡੀ ਕੰਪਨੀ ਦਾ ਨਾਮ ਆਉਂਦਾ ਅਪਰੂਵਲ ਲੈਟਰ 'ਤੇ ਵੀ ਸਾਡਾ ਨਾਮ ਆਉਂਦਾ ਅਤੇ ਇੱਥੋਂ ਸ਼ੋ ਹੁੰਦਾ ਕਿ ਇਹ ਜੈਨੂਅਨ ਕੰਸਲਟੈਂਟ ਹੈਗੇ ਨੇ ਆਥੋਰਾਈਜ਼ ਹੈਗੇ ਨੇ ਜੀ ਸੋ ਏਜੰਟਸ ਵੱਲੋਂ ਕਾਫੀ ਜ਼ਿਆਦਾ ਨੁਕਸਾਨ ਬੱਚਿਆਂ ਨੂੰ ਪਹੁੰਚਾਇਆ ਜਾ ਚੁੱਕਿਆ ਕਿਉਂਕਿ ਉਹਨਾਂ ਨੂੰ ਖੁਦ ਨੌਲੇਜ ਨਹੀਂ ਹੁੰਦੀ ਟਰੈਵਲਿੰਗ ਆਫ ਫਾਈਲ ਹੁੰਦੀ ਹੈ ਕਮਿਊਨੀਕੇਸ਼ਨ ਗੈਪ ਆਉਂਦਾ ਫਾਈਨੈਂਸ਼ੀਅਲੀ ਨੁਕਸਾਨ ਹੁੰਦਾ ਅਤੇ ਸਭ ਤੋਂ ਵੱਡਾ ਨੁਕਸਾਨ ਜਿਹੜੇ ਬੱਚੇ ਦੀ ਰਿਜੈਕਸ਼ਨ ਵੀ ਆ ਸਕਦੀ ਹੈ ਜੇ ਕਿਸੇ ਏਜੰਟ ਤੋਂ ਫਾਈਲ ਲਵਾਈ ਜਾਏ ਜਿਹਨੂੰ ਖੁਦ ਪਤਾ ਹੀ ਨਹੀਂ ਫਾਈਲ ਰਿਪ੍ਰੈਜੈਂਟ ਕਿਵੇਂ ਕਰਨੀ ਹੈ ਚੈੱਕਲਿਸਟ ਦੇ ਮੁਤਾਬਿਕ ਡਾਕੂਮੈਂਟਸ ਕਿਹੜੇ ਚਾਹੀਦੇ ਹੈ ਜਾਂ ਰੈਲੇਵੈਂਟ ਕੋਰਸ ਕਿਹੜਾ ਹੈ ਉੱਥੇ ਰਿਜੈਕਸ਼ਨਸ ਵੀ ਆ ਸਕਦੀਆਂ ਨੇ ਕੰਸਲਟੈਂਟ ਦਾ ਜਿਹੜੀ ਚੋਣ ਹੈ ਡਿਸੀਜ਼ਨ ਹੈ ਬਹੁਤ ਸੋਚ ਸਮਝ ਕੇ ਲੈਣ ਵਾਲਾ ਬੱਚੇ ਨੂੰ ਉਸ ਹਿਸਾਬ ਨਾਲ ਲੈਣਾ ਚਾਹੀਦਾ ਅੱਜ ਗੱਲ ਚੱਲ ਰਹੀ ਹੈ ਜੀ ਐਕੂਲੇਟ ਕੰਸਲਟੈਂਟ ਤੋਂ ਆਏ B.S.Nandha ਸਾਹਿਬ ਨਾਲ ਜਿਹੜੀ ਬਹੁਤ ਵਧੀਆ ਟ੍ਰਾਂਸਪੈਰੈਂਸੀ ਨਾਲ ਨੌਲੇਜ ਤੁਹਾਡੇ ਤੱਕ ਸ਼ੇਅਰ ਕਰ ਰਹੇ ਨੇ ਆਸਟ੍ਰੇਲੀਆ ਬਾਰੇ ਡਿਸਕਸ਼ਨ ਹੋਈ ਹੈ ਨਿਊਜ਼ੀਲੈਂਡ ਬਾਰੇ ਵੀ ਗੱਲ ਕਰਾਂਗੇ ਕਾਫੀ ਜ਼ਿਆਦਾ ਐਕਸਪੀਰੀਅੰਸ ਨਿਊਜ਼ੀਲੈਂਡ ਨੂੰ ਲੈ ਕੇ ਇਸ